ਬਹੁਤ ਹੀ ਸਤਿਕਾਰਯੋਗ ਦੋਸਤੋ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਤੁਹਾਡੇ ਨਾਲ ਇੱਕ ਜਹਿਮ ਜਾਣਕਾਰੀ ਸਾਂਝੀ ਕਰ ਰਿਹਾ ਕਿ ਕੁਝ ਸਮਾਂ ਪਹਿਲਾਂ ਪੱਤਰਕਾਰ ਮਨਦੀਪ ਪੂਨੀਆ ਜੀ ਨੂੰ ਜਿਹੜਾ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸਿੰਘੂ ਬਾਰਡਰ ਦੀ ਜਿਹੜੀ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਆ ਉਸ ਦੀ ਬੈਕਸਾਈਡ ਤੋਂ ਦੂਜੇ ਪਾਸੇ ਜਿਹੜਾ ਕੱਲ ਉੱਥੇ ਬੀਜੇਪੀ ਦੇ ਗੁੰਡਿਆਂ ਨੇ ਹਮਲਾ ਕੀਤਾ ਕਿਸਾਨਾਂ ਦੇ ਉੱਪਰ ਉਸ ਜਗ੍ਹਾ ਤੋਂ ਉਹ ਕਵਰੇਜ ਕਰ ਰਹੇ ਸੀ ਕੱਲ ਵੀ ਉਹਨਾਂ ਨੇ ਜਿਹੜੀ ਉਹ ਗੁੰਡਾਗਰਦੀ ਸੀ ਆਪਣੀ ਪੱਤਰਕਾਰ ਰੀ ਆਹੀਂ ਬੇਨਕਾਬ ਕੀਤੀ ਤਾਂ ਅੱਜ ਉਹਨਾਂ ਨੂੰ ਕੋਈ ਸਮਾਂ ਪਹਿਲਾਂ ਜਿਹੜਾ ਗ੍ਰਿਫਤਾਰ ਕੀਤਾ ਗਿਆ ਔਰ ਜਿਸ ਤਰ੍ਹਾਂ ਉਹਨਾਂ ਨਾਲ ਖਿੱਚ ਤੋ ਕੀਤੀ ਗਈ ਆ ਵੀਡੀਓ ਮੈਂ ਤੁਹਾਨੂੰ ਦਿਖਾਣੀ ਚਾਹੂੰਗਾ ਜਿਸ ਦੇ ਵਿੱਚ ਆ ਉਹਨਾਂ ਦੇ ਲਾਲ ਜੈਕਟ ਪਾਈ ਹੋਈ ਆ ਕਿਸ ਤਰ੍ਹਾਂ ਉਹਨੂੰ ਖਿੱਚ ਤੂ ਕੀਤੀ ਜਾ ਰਹੀ ਹੈ ਉਹਨਾਂ ਨਾਲ ਇਸ ਤੋਂ ਤੁਸੀਂ ਸਹੀ ਜਿਹਾ ਅੰਦਾਜ਼ਾ ਲਗਾ ਸਕਦੇ ਹੋ ਕਿ ਕੇਂਦਰ ਦੀ ਮੋਦੀ ਹਕੂਮਤ ਕਿਸ ਤਰ੍ਹਾਂ ਹਿਟਲਰ ਸ਼ਾਹੀ ਦੇ ਰਾਜ ਚੱਲ ਰਹੀ ਆ ਉਹ ਹਰ ਉਸ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ ਜਿਹੜੀ ਹੱਕਾਂ ਲਈ ਉੱਠਦੀ ਆ ਤੇ ਹਰ ਉਸ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ ਜਿਹੜੀ ਮੋਦੀ ਹਕੂਮਤ ਦੀਆਂ ਫਾਸ਼ੀਵਾਦੀ ਨੀਤੀਆਂ ਦਾ ਵਿਰੋਧ ਕਰਦੀ ਆ ਦੇਸ਼ ਦੀ ਮੋਦੀ ਹਕੂਮਤ ਦੇਸ਼ ਨੂੰ ਬਿਲਕੁਲ ਹਿਟਲਰ ਸ਼ਾਹੀ ਵਾਲੇ ਪਾਸੇ ਲਿਜਾ ਰਹੀ ਆ ਜਿੰਦੇ ਵਿੱਚ ਜਮਹੂਰੀਅਤ ਨਾਂ ਦੀ ਵਿਚਾਰ ਰੱਖਣ ਦੀ ਕੋਈ ਆਜ਼ਾਦੀ ਨਹੀਂ ਔਰ ਇਹ ਆਪਾਂ 7 ਸਾਲਾਂ ਤੋਂ ਦੇਖਿਆ ਕਿ ਕਿਸ ਤਰ੍ਹਾਂ ਲੋਕਾਂ ਦੇ ਬੋਲਣ ਦੇ ਜਿਹੜੇ ਹੱਕ ਆ ਵਿਰੋਧ ਪ੍ਰਗਟਾਉਣ ਦੇ ਹੱਕਾਂ ਨੂੰ ਲਗਾਤਾਰ ਕੁਚਲਿਆ ਜਾ ਰਿਹਾ ਕਿਸਾਨ ਸੰਘਰਸ਼ ਦੇ ਉੱਪਰ ਕਵਰੇਜ ਕਰਨ ਵਾਲੇ ਅੱਜ ਪੱਤਰਕਾਰ ਮਨਦੀਪ ਪੂਨੀਆ ਜੀ ਨੂੰ ਗ੍ਰਿਫਤਾਰ ਕਰਕੇ ਔਰ ਉਹਨਾਂ ਨਾਲ ਬਦਤਮੀਜ਼ੀ ਕਰਕੇ ਮੋਦੀ ਹਕੂਮਤ ਨੇ ਜਿਹੜੇ ਆਪਣੇ ਅਰਾਧੇ ਆ ਜ਼ਾਹਰ ਕਰਦੇ ਆ ਕਿ ਇਸ ਦੇਸ਼ ਦੇ ਵਿੱਚ ਲੇਖਕਾਂ ਨੂੰ ਕਲਾਕਾਰਾਂ ਨੂੰ ਔਰ ਬੁੱਧੀਜੀਵੀਆਂ ਨੂੰ ਲਿਖਣ ਬੋਲਣ ਦਾ ਔਰ ਲੋਕਾਂ ਤੱਕ ਲੋਕਾਂ ਦੀ ਗੱਲ ਆਪਣੀ ਕਲਮ ਰਾਹੀਂ ਪਹੁੰਚਾਉਣ ਦਾ ਕੋਈ ਹੱਕ ਨਹੀਂ। ਤੋ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੁਲਿਸ ਦੀ ਇਸ ਕਾਰਵਾਈ ਦੀ ਸਰਕਾਰ ਦੀ ਇਸ ਕਾਰਵਾਈ ਦੀ ਜ਼ੋਰਦਾਰ ਨਖੇਦੀ ਕਰਦੇ ਆਂ ਔਰ ਇਹ ਮੰਗ ਕਰਦੇ ਆਂ ਕਿ ਮਨਦੀਪ ਪੂਨੀਆ ਜੀ ਨੂੰ ਜਲਦ ਤੋਂ ਜਲਦ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਔਰ ਉਹਨਾਂ ਦੇ ਨਾਲ ਜਿਹੜੇ ਪੁਲਿਸ ਅਧਿਕਾਰੀਆਂ ਨੇ ਜਾਂ ਹੋਰ ਸੁਰੱਖਿਆ ਅਧਿਕਾਰੀਆਂ ਨੇ ਬਤਮੀਜੀ ਕੀਤੀ ਆ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਮੋਦੀ ਹਕੂਮਤ ਕਿਸਾਨਾਂ ਦੇ ਇਸ ਅੰਦੋਲਨ ਦੇ ਉੱਪਰ ਜਿੱਥੇ ਜ਼ਬਰ ਟਾ ਰਹੀ ਆ ਉੱਥੇ ਹੀ ਲਗਾਤਾਰ ਇਸ ਅੰਦੋਲਨ ਦੀ ਮਦਦ ਕਰਨ ਵਾਲਿਆਂ ਨੂੰ ਕਦੇ ਉਹ ਲੰਗਰ ਲਾਉਣ ਵਾਲਿਆਂ ਨੂੰ ਐਨਆਈਏ ਦਾ ਨੋਟਿਸ ਕੱਢਦੀ ਆ ਕਦੇ ਇਹ ਸੰਘਰਸ਼ ਦੇ ਵਿੱਚ ਜੋ ਟਰਾਂਸਪੋਰਟਰ ਵੀਰ ਸਾਡੇ ਸੰਘਰਸ਼ੀ ਲੋਕਾਂ ਨੂੰ ਧਰਨੇ ਤੇ ਲਿਆਉਂਦੇ ਨੇ ਆਪਣੀਆਂ ਬੱਸਾਂ ਦੀ ਸੇਵਾ ਦੇ ਰਹੇ ਆ ਉਹਨਾਂ ਨੂੰ ਐਨਆਈ ਦਾ ਨੋਟਿਸ ਕੱਢਦੀ ਆ ਇਸ ਤੋਂ ਪਹਿਲਾਂ ਪੱਤਰਕਾਰਾਂ ਨੂੰ ਵੀ ਐਨਆਈ ਇਹ ਤੇ ਨੋਟਿਸ ਕੱਢਿਆ ਤੇ ਅੱਜ ਭਾਜਪੀ ਦੀ ਗੁੰਡਾਗਰਦੀ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਕਰਨ ਵਾਲੇ ਪੱਤਰਕਾਰ ਨੂੰ ਗ੍ਰਿਫਤਾਰ ਕਰਕੇ ਸਰਕਾਰ ਨੇ ਇੱਕ ਹੋਰ ਕੋਝੀ ਹਰਕਤ ਕੀਤੀ ਆ ਪਰ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਉਹਦੀਆਂ ਇਹਨਾਂ ਹਰਕਤਾਂ ਦੇ ਨਾਲ ਇਸ ਤਰ੍ਹਾਂ ਦੀਆਂ ਦਮਨਕਾਰੀ ਕਾਰਵਾਈਆਂ ਦੇ ਨਾਲ ਇਹ ਅੰਦੋਲਨ ਦਬਣਾ ਨਹੀਂਗਾ ਭਾਵੇਂ ਆਪਣੇ ਗੁੰਡਿਆਂ ਰਾਹੀਂ ਭਾਵੇਂ ਸਾਡੇ ਪੱਤਰਕਾਰਾਂ ਦੀ ਵੀਰਾਂ ਦੀ ਆਵਾਜ਼ ਨੂੰ ਦਬਾਉਣ ਦੇ ਹੱਥ ਕੰਡਿਆਂ ਰਾਹੀਂ ਜਾਂ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫਲਾਕੇ ਜਾਂ ਗੋਦੀ ਮੀਡੀਆ ਰਾਹੀਂ ਸਾਡੇ ਅੰਦੋਲਨ ਨੂੰ ਬਦਨਾਮ ਕਰਕੇ ਜਾਂ ਇੱਥੇ ਸੁਰੱਖਿਆ ਫੋਰਸਾਂ ਦੀ ਗਿਣਤੀ ਵਧਾ ਕੇ ਉਹ ਕਿਸੇ ਵੀ ਤਰੀਕੇ ਨਾਲ ਸਾਡੇ ਅੰਦੋਲਨ ਨੂੰ ਦਬਾ ਨਹੀਂ ਸਕਦੀ ਕੀ ਇਸ ਕਰਕੇ ਉਹ ਕਿਸੇ ਭਲੇਖੇ 'ਚ ਨਾ ਰਹੇ ਔਰ ਖੀਰਲੀ ਬੇਨਤੀ ਮੈਂ ਸਮੂਹ ਲੋਕਾਂ ਨੂੰ ਦੇਸ਼ ਤੇ ਦੁਨੀਆ 'ਚ ਵਸਦੇ ਲੋਕਾਂ ਨੂੰ ਕਰਾਂਗਾ ਕਿ ਜਿੱਥੇ ਸਾਰੇ ਲੋਕਾਂ ਨੂੰ ਇਸ ਗ੍ਰਿਫਤਾਰੀ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਕਿਉਂਕਿ ਪੱਤਰਕਾਰ ਭਾਈਚਾਰਾ ਲਗਾਤਾਰ ਸਾਡੇ ਇਸ ਅੰਦੋਲਨ ਨੂੰ ਦੇਸ਼ ਤੇ ਦੁਨੀਆ ਭਰ ਦੇ ਵਿੱਚ ਪਹੁੰਚਾ ਰਿਹਾ ਪੱਤਰਕਾਰ ਭਾਈਚਾਰੇ ਦੀਆਂ ਨਿਹੜ ਕਲਮਾਂ ਦੇ ਸਦਕਾ ਹੀ ਸਾਡਾ ਅੰਦੋਲਨ ਅੱਜ ਦੁਨੀਆ ਭਰ ਦੇ ਕੋਨੇ-ਕੋਨੇ ਵਿੱਚ ਜਿਹੜਾ ਪਹੁੰਚਿਆ ਗੋਦੀ ਮੀਡੀਆ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਪੱਤਰਕਾਰ ਭਾਈਚਾਰੇ ਦੇ ਵਿੱਚ ਇੱਕ ਅਜਿਹਾ ਇਸਾ ਹਜੇ ਵੀ ਜਿਉਂਦਾ ਜਿਹੜਾ ਲੋਕਾਂ ਦੀ ਗੱਲ ਨੂੰ ਦੁਨੀਆ ਦੇ ਕੋਨੇ ਤੱਕ ਪਹੁੰਚਾਉਂਦਾ ਇਸ ਕਰਕੇ ਆਓ ਸਾਰੇ ਇਸ ਅੰਦੋਲਨ ਨੂੰ ਮਜ਼ਬੂਤ ਕਰੀਏ ਸੰਯੁਕਤ ਕਿਸਾਨ ਮੋਰਚਾ ਦੀ ਗਵਾਈ ਚੱਲ ਰਹੇ ਮੋਰਚਿਆਂ 'ਚ ਵੱਡੀ ਗਿਣਤੀ 'ਚ ਸ਼ਮੂਲੀਅਤ ਕਰੀਏ ਔਰ ਸਰਕਾਰ ਦੇ ਹਰ ਜ਼ਬਰ ਦਾ ਟਟਵਾ ਵਿਰੋਧ ਕਰੀਏ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ 26 ਜਨਵਰੀ ਨੂੰ ਦਿੱਲੀ ਪੁਲਿਸ ਨੇ ਫੜੇ ਪਰ ਹਜੇ ਤੱਕ ਉਹਨਾਂ ਦਾ ਪੂਰੀ ਤਰ੍ਹਾਂ ਥੋਪਾਤਾ ਨਹੀਂ ਦਿੱਤਾ ਬਹੁਤ ਸਾਰੇ ਨੌਜਵਾਨ ਭਾਵੇਂ ਜੇਲ੍ਹਾਂ 'ਚ ਪਹੁੰਚ ਚੁੱਕੇ ਆ ਉਹਨਾਂ ਸਾਰੇ ਨੌਜਵਾਨਾਂ ਦੀ ਰਿਹਾਈ ਲਈ ਔਰ ਜਿੰਨਾ ਨੌਜਵਾਨਾਂ ਬਾਰੇ ਪੁਲਿਸ ਨੇ ਹਜੇ ਤੱਕ ਦੱਸਿਆ ਨਹੀਂ ਜਿੰਦਾਬਾਦ ਜਿੰਦਾਬਾਦ ਉਹਨਾਂ ਬਾਰੇ ਸਾਰਿਆਂ ਨੂੰ ਜਾਣਕਾਰੀ ਹੋਣੀ ਆ ਚਾਹੀਦੀ ਆ ਔਰ ਇਸ ਪੱਤਰਕਾਰ ਵੀਰ ਦੀ ਬਿਨਾਂ ਸ਼ਰਤ ਰਿਹਾਈ